ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 5th 5th ਸੈਮੈਸਟਰ ਦੇ ਲਈ ਆਪਾਂ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਠੀਕ ਹੈ ਪ੍ਰੀਵੀਅਸ ইয়ার ਕੁਐਸਚਨ ਪੇਪਰ ਇੰਗਲਿਸ਼ ਲਿਟਰੇਚਰ ਠੀਕ ਹੈ ਇੰਗਲਿਸ਼ ਲਿਟਰੇਚਰ 5th ਸੈਮੈਸਟਰ ਦਾ ਆਪਾਂ ਪ੍ਰੀਵੀਅਸ ইয়ার ਕੁਐਸਚਨ ਪੇਪਰ ਫੈਬ 2022 ਵਾਲਾ ਤੇ ਜਨਵਰੀ 2023 ਵਾਲਾ ਜਿਹੜੇ ਕਿ ਦੇਖਾਂਗੇ ਸੋ ਤਾਂ ਕਿ ਤੁਹਾਨੂੰ ਆਈਡੀਆ ਹੋ ਸਕੇ ਵੀ ਕਿਸ ਤਰੀਕੇ ਦਾ ਯੂਨੀਵਰਸਿਟੀ ਦਾ ਐਗਜ਼ਾਮ ਆਉਂਦਾ ਤੇ ਕਿਹੜੇ-ਕਿਹੜੇ ਇੰਪੋਰਟੈਂਟ ਕੁਐਸਚਨ ਸੀ ਤਾਂ ਕਿ ਤੁਸੀਂ ਆਪਣੇ ਜਿਹੜੇ ਕਿ ਉਹ ਕੁਐਸਚਨਸ ਲਰਨ ਕਰਕੇ ਆਪਣੇ ਮਾਰਕਸ ਵਧੀਆ ਲੈ ਸਕੋ ਕਿਉਂਕਿ ਇਹ ਕੁਐਸਚਨਸ ਅਕਸਰ ਰਿਪੀਟ ਹੋ ਜਾਂਦੇ ਹੁੰਦੇ ਨੇ ਤਾਂ ਤੁਹਾਨੂੰ ਆਈਡੀਆ ਵੀ ਹੋ ਜਾਊਗਾ ਕਿ ਕਿਸ ਤਰੀਕੇ ਦੇ ਕੁਐਸਚਨਸ ਆਉਂਦੇ ਨੇ ਹਾਂਜੀ 75 ਮਾਰਕਸ ਦਾ ਤੁਹਾਡਾ ਜਿਹੜਾ ਕਿ ਐਗਜ਼ਾਮ ਹੋਣਾ ਜਿਹੜੇ ਪ੍ਰਾਈਵੇਟ ਔਰ ਡਿਸਟੈਂਸ ਐਜੂਕੇਸ਼ਨ ਵਾਲੇ ਨੇ ਉਹਨਾਂ ਦਾ 100 ਮਾਰਕਸ ਦਾ ਐਗਜ਼ਾਮ ਹੋਣਾ ਹਾਂਜੀ ਫਰਸਟ ਦੇ ਵਿੱਚ ਹੈ ਐਕਸਪਲੇਨ ਐਕਸਪਲੇਨ ਇਨ ਅਬਾਊਟ 150 ਵਰਡਸ ਐਨੀ ਹਾਂਜੀ ਇਹਨਾਂ ਚੋਂ ਐਨੀ ਫੋਰ ਇਹ ਦਿੱਤੇ ਹੋਏ ਨੇ 6 6 ਦੇ ਵਿੱਚ ਯੂ ਕੈਨਟ ਅਟੈਂਪਟ ਐਨੀ ਫੋਰ ਤੁਸੀਂ ਕਿਸੇ ਫੋਰ ਟਰਮਸ ਨੂੰ ਡਿਫਾਈਨ ਕਰਨਾ ਠੀਕ ਹੈ ਐਕਸਪਲੇਨ ਕਰਨਾ ਜਿਵੇਂ ਫਰਸਟ ਹੈ ਵੈਲਡ ਬੀ ਹੈ ਡਰਾਮੈਟਿਕ ਮੋਨੋਲੋਗ ਸੀ ਹੈ ਐਲੋਜੀ ਡੀ ਹੈ ਹੀਰੋਇਕ ਕਪਲਟ ਈ ਹੈ ਸੋਨਟ ਐਫ ਹੈ ਹਾਈਪਰਬੋਲ ਐਂਡ ਅੰਡਰ ਅੰਡਰਸਟੇਟਮੈਂਟ ਠੀਕ ਹੈ ਨੈਕਸਟ ਹੈ ਇਹ ਸਟੂਡੈਂਟਸ ਹੈਗੇ ਨੇ ਜਿਹੜੇ ਕਿ ਤੁਸੀਂ ਇਹਦੇ ਵਿੱਚੋਂ ਕਰਨੇ ਹੋਣਗੇ 4 ਇਹ 33 ਮਾਰਕਸ ਦੇ ਨੇ ਠੀਕ ਹੈ ਨੈਕਸਟ ਹੈਗਾ ਡਿਸਕਸ ਦਾ ਕੰਟਰੀਬਿਊਸ਼ਨ ਆਫ ਦਾ ਮੇਜਰ ਰੋਮਾਂਟਿਕ ਪੋਇਟਸ ਠੀਕ ਹੈ ਮੇਜਰ ਜਿਹੜੇ ਰੋਮਾਂਟਿਕ ਪੋਇਟਸ ਨੇ ਉਹਨਾਂ ਦਾ ਕੀ ਕੰਟਰੀਬਿਊਸ਼ਨ ਰਿਹਾ ਲਿਟਰੇਚਰ ਦੇ ਵਿੱਚ ਉਹ ਤੁਸੀਂ ਡਿਫਾਈਨ ਕਰਨਾ ਡਿਸਕਸ ਕਰਨਾ ਡਿਸਕਸ ਦਾ ਚੀਫ ਕੈਕਟਰਿਸਟਿਕਸ ਆਫ ਦਾ ਵਿਕਟੋਰੀਅਨ ਪੀਰੀਅਡ ਵਿਕਟੋਰੀਅਨ ਪੀਰੀਅਡ ਦੇ ਜਿਹੜੇ ਕਿ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੱਸਣਾ ਇਹਨੂੰ ਕੈਕਟਰਿਸਟਿਕਸ ਕ੍ਰੈਕਟੋਸਟਿਕਸ ਦੱਸਣੇ ਨੇ ਫੀਚਰਸ ਠੀਕ ਹੈ ਨੈਕਸਟ ਹੈ ਅਗੇ ਯੂਨਿਟ ਸੈਕੰਡ ਦੇ ਵਿੱਚ ਤੇ ਸਟੂਡੈਂਟਸ ਜਿਹੜਾ ਇਹ ਵਾਲਾ ਕੁਐਸਚਨ ਹੈ 11 ਮਾਰਕਸ ਦਾ ਤੇ ਸੈਕੰਡ ਯੂਨਿਟ ਦੇ ਵਿੱਚ ਜਿਹੜਾ ਕੁਐਸਚਨ ਹੈ ਉਹ ਔਰ ਪਾ ਕੇ ਆਊਗਾ ਵੀ 11 ਮਾਰਕਸ ਦਾ ਇਹਦੇ ਵਿੱਚ ਹਾਂਜੀ ਅੱਗੇ ਹੈਗਾ ਸੈਕੰਡ ਯੂਨਿਟ ਹੈ ਯੂਨਿਟ ਸੈਕੰਡ ਇਹਦੇ ਵਿੱਚ ਹੈ ਔਰ ਪਾ ਕੇ ਕੁਐਸਚਨ ਆਉਣਾ ਤੇ 11 ਮਾਰਕਸ ਦਾ ਆਉਣਾ ਹੈ ਇਹ ਡਿਸਕਸ ਦਾ ਰਿਲੇਸ਼ਨਸ਼ਿਪ ਆਫ ਡੋਨ ਯੋਨ ਐਂਡ ਡੋਨਰ ਯੂਲਿਆ ਔਰ ਪਾਕੇ ਕੁਐਸਚਨ ਹੈ ਡਿਸਕਸ ਦਾ ਕਰੈਕਟਰ ਕਰੈਕਟਰ ਡਿਸਕਸ ਦਾ ਕਰੈਕਟਰ ਆਫ ਡਾਉਣ ਜੋਨ ਠੀਕ ਹੈ ਡਾਉਣ ਜੋਨ ਦਾ ਜਿਆਦਾ ਕਰੈਕਟਰ ਲਿਖਣਾ ਭਾਵ ਕਿ ਇਹਦੇ ਵਿੱਚੋਂ ਜਿਆਦਾ ਕਰੈਕਟਰ ਜਾਂ ਰਿਲੇਸ਼ਨਸ਼ਿਪ ਠੀਕ ਹੈ ਪੁੱਛਿਆ ਜਾਊਗਾ ਕੁਐਸਚਨ ਇਸ ਦੇ ਵਿੱਚ ਪੁੱਛਿਆ ਹੋਇਆ ਅੱਗੇ ਹੈਗਾ ਅ ਨੈਕਸਟ ਦੇ ਵਿੱਚ ਜਿਹੜਾ ਇਹ ਵੀ 11 ਮਾਰਕਸ ਦਾ ਆਊਗਾ ਠੀਕ ਹੈ ਇਹ ਪੋਇਮ ਦੇ ਵਿੱਚ ਪੁੱਛਿਆ ਹੋਇਆ ਡਿਸਕਸ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਪੋਇਮ ਹੈਗੀ ਆ ਮਾਈ ਮਾਈਂਡ ਟੂ ਮੀ ਅ ਕਿੰਗਡਮ ਇਜ਼ ਠੀਕ ਹੈ ਜਾਂ ਔਰ ਪੋਇਮ ਹੈਗੀ ਆ summarize the poem of think of beauty ਭਾਗ ਕੀ ਦੇ ਵਿੱਚੋਂ ਤੁਹਾਨੂੰ ਪੁਆਇੰਟਸ ਦੇ ਵਿੱਚੋਂ ਇੱਕ ਸੈਂਟਰਲ ਆਈਡੀਆ ਤੇ ਇੱਕ ਤੁਹਾਨੂੰ ਸਮਰੀ ਸਮਰੀਜ਼ ਕੁਛ ਸਾਦੇ ਨੇ ਜਾਂ ਸੈਂਟਰਲ ਆਈਡੀਆ ਨੈਕਸਟ ਹੈਗਾ ਯੂਨਿਟ 3 ਜਿਸ ਦੇ ਵਿੱਚ ਹੈਗੇ ਨੇ ਸ਼ਾਰਟ ਕੁਐਸਚਨਸ 30 ਵਰਡਸ ਦੇ ਤੁਸੀਂ ਆਨਸਰ ਕਰਨੇ ਨੇ ਸੋ ਇਹਦੇ ਵਿੱਚ ਇਹ ਸਾਰੇ ਕਰਨੇ ਹੋਣਗੇ 7 ਦੇ 7 ਕੁਐਸਚਨ 2 2 ਮਾਰਕਸ ਦੇ ਹੋਣਗੇ ਇਹ ਇਸ ਦੇ ਵਿੱਚ ਪੁੱਛਿਆ ਹੋਇਆ ਜਿਵੇਂ ਵਰਡਡ ਵਾਟ ਡਿਡ ਕਾਸਪਰ ਟੈਲ ਅਬਾਊਟ ਦਾ ਫੇਮਸ ਵਿਕਟਰੀ ਅਨ ਸੈਕੰਡ ਹੈ ਵਾਟ ਇਜ਼ ਦਾ ਪ੍ਰੈਸੈਂਟ ਸਟੇਟ ਆਫ ਪ੍ਰੋਪਰਟیز ਮੈਂਸ਼ਨਸ ਐਂਡ ਗਾਰਡਨ ਅੱਗੇ ਸੀ ਦੇ ਵਿੱਚ ਹੈ ਥਰਡ ਕੁਐਸਚਨ ਡਿਸਕਸ ਦਾ ਥੀਮ ਆਫ ਦਾ ਪੋਇਮ ਔਨ ਦਾ ਸ਼ਿਫਟ ਆਫ ਮਾਈ ਮਦਰਸ ਪਿਕਚਰ ਫਰੋਮ ਨੌਰਫੋਕ ਅੱਗੇ ਹੈ ਡੀ ਦੇ ਵਿੱਚ ਡਿਸਕਸ ਦਾ ਸੈਂਟਰ ਲਾਇਡ ਆਫ ਦਾ ਪੋਇਮ ਭਾਬੀ ਤੁਹਾਨੂੰ ਪੋਇਮ ਦਾ ਸੈਂਟਰ ਲਾਇਡ ਸ਼ਾਰਟ ਕੁਐਸਚਨ ਜੀ ਪੁੱਛੇ ਜਾ ਸਕਦੇ ਨੇ ਠੀਕ ਹੈ ਦਾ ਫਲਿਕਸ਼ਨ ਆਫ ਮਰਗੇਟ नेक्स्ट है ई क्वेश्चन वट डज द पोइट विश फॉर हिज फ्रेंड इन द पोइम रिंग आउट विल्ट वेल्स एफ क्वेश्चन है इन द पोइम द वर्ड सुनेंचुरी वट काउ मैजिक टमलोट इन द गार्डन जी क्वेश्चन है कमेंट ऑन द करैक्टर ऑफ डॉन डॉना डॉना इनज डॉना इनज का जेक्टर करैक्टर पूछ लिया ठीक है ਨੈਕਸਟ ਹੈ ਅਗੇ 30 ਵਰਡਸ ਦੇ ਵਿੱਚ ਆਂਸਰ ਕਰਨੇ ਨੇ ਇਹ 4 ਇਹਦੇ ਵਿੱਚ ਵੀ ਕੋਈ ਚੋਅਸ ਨਹੀਂ ਹੈ ਕਿ 2 2 ਮਾਰਕਸ ਦੇ ਹੋਣਗੇ ਇਹਦੇ ਵਿੱਚ ਹਾਂਜੀ ਜਿਵੇਂ ਇਹ ਦੇ ਵਿੱਚ ਹੈ ਡਾਕਟਰੀ ਅਗਲਾ ਹੈ ਐਲਟਰੇਸ਼ਨਸ ਸੀ ਹੈ ਐਪੀਥਿਓਟ ਤੇ ਤੇ ਡੀ ਹੈ ਲਿਉਰਿਕ ਅੱਗੇ ਹੈ ਰਾਈਟ ਨੋਟਸ ਇਨ ਅਬਾਊਟ 100 ਵਰਡਸ ਦੇ ਵਿੱਚ ਲਿਖਣੇ ਨੇ ਐਨੀ 4 ਇਹਨਾਂ ਦੇ ਵਿੱਚੋਂ 5 ਨੇ 5 ਦੇ ਵਿੱਚੋਂ ਐਨੀ 4 ਲਿਖਣੇ ਨੇ ਜਿਵੇਂ ਇਹਦੇ ਵਿੱਚ ਪੁੱਛਿਆ ਹੈ ਪ੍ਰੀਫੇਸ ਆਫ ਲੇਵਰਿਕ ਵਾਲਰਟ ਰਾਈਮ ਆਫ ਦਾ ਐਂਸ਼ੀਅੰਟ ਮੈਰਮਿਅਰ ਯੂਲੀਸ਼ੀਅਸ ਲੋਰਡ ਹਿਮ ਐਂਡ ਡੈਵਿਡ ਕਾਪਰਫਿਲਡ ਨੈਕਸਟ ਦੇਖਦੇ ਆਪਾਂ ਇਹ ਸੀ ਆਪਣਾ 2022 ਵਾਲਾ ਫੈਬ 2022 ਹੁਣ ਆਪਾਂ ਲਿਖਦੇ ਅੱਗੇ ਜਨ ਦੇ ਵਿੱਚ ਜਿਹੜਾ ਹੋਇਆ ਠੀਕ ਹੈ ਜਨ ਫੈਬ ਦੇ ਵਿੱਚ 2023 ਵਾਲਾ ਹਾਂਜੀ 5th ਸੈਮੈਸਟਰ ਇਸ ਦੇ ਵਿੱਚ ਪੁੱਛ ਹੋਇਆ ਸੀ ਜਿਹੜੇ ਤੁਸੀਂ ਫਾਈਵ ਕਰਨੇ ਹੋ 4 ਕਰਨੇ ਹੋਣਗੇ ਨਹੀਂ ਠੀਕ ਹੈ 6 ਦੇ ਵਿੱਚੋਂ ਡਰਾਮੈਟਿਕ ਮੋਨੋਲੋਗ ਬੀ ਹੈ ਇਮਰਜਰੀ ਸੀ ਹੈ ਬਲੈਂਕ ਵਰਸ ਡੀ ਮੀਟਰ ਤੇ ਉਸ ਤੋਂ ਬਾਅਦ ਈ ਦੇ ਵਿੱਚ ਹੈ ਕੰਕ੍ਰੀਟ ਪੋਇਟਰੀ ਐਫ ਹੈਗਾ ਸਿੰਬਲ ਨੈਕਸਟ ਹੈਗਾ ਤੇ ਇਸ ਦੇ ਵਿੱਚ ਕੁਐਸਚਨ ਪੁੱਛਿਆ ਹੋਇਆ ਹੈ ਰਾਈਟ ਅ ਨੋਟ ਔਨ ਪੋਇਟਿਕ ਡਰਾਮਾ ਆਫ ਦਾ ਮਾਡਰਨ 에ਜ ਮਾਡਰਨ 에ਜ ਤੇ ਠੀਕ ਹੈ ਪੋਇਟਿਕ ਡਰਾਮਾ ਔਰ ਕੁਐਸਚਨ ਪੁੱਛਿਆ ਹੈ ਡਿਸਕਸ ਦਾ ਮੇਜਰ ਪੁਆਇੰਟਸ ਆਫ ਵਿਕਟੋਰੀਅਨ 에ਜ ਮੇਜਰ ਪੋਏਟਸ ਜਿਹੜੇ ਵਿਕਟੋਰੀਅਨ ਏਜ ਦੇ ਉਹ ਡਿਸਕਸ ਕਰਨੇ ਨੇ ਨੈਕਸਟ ਹੈ ਅੱਗੇ ਅ ਯੂਨਿਟ 2 ਦੇ ਵਿੱਚ ਅੱਗੇ ਹਾਂਜੀ ਡਿਸਕਸ ਇਨ ਡਿਟੇਲ ਦਾ ਰਿਲੇਸ਼ਨਸ਼ਿਪ ਆਫ ਡੋਨਾ ਰਿੰਜ ਐਂਡ ਡੌਨ ਯੋਸ ਔਰ ਬਾਕੀ ਕੁਐਸਚਨ ਪੁੱਛਿਆ ਹੈ ਗਿਵ ਅ ਕੈਰੈਕਟਰ ਸਕੈਚ ਆਫ ਡੋਨਾ ਯੂਲੀਆ ਠੀਕ ਹੈ ਭਾਗ ਕੀ ਇਸ ਦੇ ਵਿੱਚੋਂ ਕੈਰੈਕਟਰ ਸਕੈਚ ਇੱਕ ਤਾਂ ਤੁਸੀਂ ਕੈਰੈਕਟਰ ਸਕੈਚ ਕਰ ਸਕਦੇ ਹੋ ਤੇ ਬਾਕੀ ਜਿਹੜੇ ਰਿਲੇਸ਼ਨਸ਼ਿਪ ਜਿਹੜੇ ਦਿੱਤੇ ਹੋਏ ਨੇ ਉਹਨਾਂ ਦੇ ਵਿੱਚ ਨੈਕਸਟ ਆ 4th ਨੰਬਰ ਤੇ ਵਟ ਮੈਸੇਜ ਡਸ ਦਾ ਪੋਇਟ ਵਾਂਟ ਟੂ ਕਨਵੇ ਇਨ ਦਾ ਪੋਇਮ ਦਾ ਮੈਨ ਹੀ ਕਿਲਡ ਠੀਕ ਹੈ ਇਸ ਪੋਇਮ ਦੇ ਵਿੱਚ ਪੋਇਟ ਕੀ ਮੈਸੇਜ ਕਨਵੇ ਕਰਨਾ ਚਾਹੁੰਦਾ ਨੈਕਸਟ ਸਮਰੀਸ ਦਾ ਪੋਇਮ ਆਫ ਥਿੰਕ ਆਫ ਬਿਊਟੀ ਠੀਕ ਹੈ ਆਫ ਥਿੰਕ ਆਫ ਬਿਊਟੀ ਯੂਨਿਟ 3 ਦੇ ਵਿੱਚ ਅੱਗੇ ਸ਼ਾਰਟ ਕੁਐਸਚਨਸ ਗਿਵ ਸ਼ਾਰਟ 30 ਵਰਡਸ ਦੇ ਵਿੱਚ ਦੇਣੇ ਨੇ ਹਾਊ ਵਾਸ ਦਾ ਗ੍ਰੇਟ ਵਿਕਟਰੀ ਆਫ ਪਰਸਨਲ ਟ੍ਰੈਜੇਡੀ ਫੋਰ ਦਾ ਕਸਪੋਰ ਫੈਮਿਲੀ second have what kind of man in man the village preacher is third have what is the reference to the power of art in in on the recept of my mother's picture the fourth comment on the ending of the poem the affliction of margaret fifth in what ways can the wrong in this society be corrected ਰਿੰਗ ਆਊਟ ਦੇ ਵਿਲਡ ਵੈਲਥ ਦੇ ਵਿੱਚੋਂ ਤੇ 6th ਹੈ ਵਾਈ ਡਸ ਡੋਨਾ ਇਨਨਸ ਕੀਪ ਅ ਡਾਇਰੀ 7th ਹੈ ਹਾਊ ਡਸ ਡੋਨਾ ਇਨਨਸ ਸੁਪਰਵਾਈਜ਼ ਸੁਪਰਵਾਈਜ਼ ਦਾ ਐਜੂਕੇਸ਼ਨ ਆਫ ਡੋਨ ਡੋਨ ਜੋਨ ਹਾਊ ਡਸ ਦਾ ਡੋਨਾ ਇਨਨਸ ਸੁਪਰਵਾਈਜ਼ ਦਾ ਐਜੂਕੇਸ਼ਨ ਆਫ ਡੋਨ ਜੋਨ ਨੈਕਸਟ ਹੈ ਅਗਰ ਕਿਹੜੇ ਆਨਸਰ 30 ਵਰਸ ਦੇ ਵਿੱਚ ਕਰਨੇ ਨੇ ਇਹਦੇ ਵਿੱਚ ਠੀਕ ਹੈ ਪਹਿਲਾਂ ਵੀ ਪੁੱਛਿਆ ਸੀ ਆਪਾਂ ਨੇ ਉਹਦੇ ਵਿੱਚ ਵੀ ਦੇਖਿਆ ਸੀ ਠੀਕ ਹੈ ਇਹਦੇ ਵਿੱਚ ਹੈ ਐਲੋਜ਼ੇ ਫ੍ਰੀ ਵਰਸ ਸੋਨਟ ਰਾਈਮ ਅੱਗੇ ਹੈ ਫੋਰ ਕਰਨੇ ਨੇ ਇਹਨਾਂ ਦੇ ਵਿੱਚੋਂ ਲਾਰਡ ਜੇਮ ਡੈਵਿਡ ਕਾਪਰਫੀਲਡ ਔਨ ਰੀਡਿੰਗ 올ਡ ਬੁక్స్ ਰਾਈਮ ਆਫ ਦਾ ਐਂਸ਼ੀਐਂਟ ਇਹ ਵੀ ਰਿਪੀਟ ਹੋਏ ਹੋਏ ਨੇ ਇਹਦੇ ਵਿੱਚੋਂ ਤਿੰਨ ਚਾਰ ਠੀਕ ਹੈ ਅੱਗੇ ਹੈ ਇਹ ਵੀ ਰਿਪੀਟ ਹੋਇਆ ਹੋਇਆ ਇਹ ਨੇ ਤੁਹਾਡੇ ਜਿਹੜੇ ਕਿ ਕੁਝ ਤਾਂ ਹੀ ਤੁਹਾਨੂੰ ਕਹਿ ਰਹੀਆਂ ਕਿ ਤੁਸੀਂ ਅਗਰੇ ਦੋਨੇ ਪੇਪਰ ਵੀ ਕਰ ਲਓਗੇ ਤਾਂ ਤਾਂ ਵੀ ਤੁਹਾਨੂੰ ਬਹੁਤ ਸਾਰੀ ਹੈਲਪ ਮਿਲ ਜਾਣੀ ਆ ਜਿਹੜੇ ਕਿ ਇੰਪੋਰਟੈਂਟ ਕੁਐਸਚਨਸ ਯਾਦ ਕਰਨ ਦੇ ਵਿੱਚ ਆਪਾਂ ਕੀ ਤੁਸੀਂ ਇਹ ਸਾਰੇ ਜਿਹੜੇ ਕਿ ਆਪਣੇ ਯਾਦ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਤੁਹਾਡੇ ਜਿਹੜੇ ਕਿ ਇੰਪੋਰਟੈਂਟ ਟਾਪਿਕਸ ਨੂੰ ਸਾਰੇ ਕਵਰ ਹੋ ਜਾਣਗੇ ਥੈਂਕਸ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਚਾਹਤੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਇਸ ਚੈਨਲ ਤੇ ਆਪਾਂ ਹਰ ਇੱਕ ਐਗਜ਼ਾਮ ਦੇ ਤੁਹਾਡੇ ਪ੍ਰੀਵਿਅਸ ਕੁਐਸਚਨ ਪੇਪਰ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਥੈਂਕਸ